तांदर सुनी पुकार, तांदर सुनी पुकार, तांदर सुनी पुकार, तांदर सुनी पुकार, हाँ जी तांदर सुनी पुकार, तांदर सुनी अमृत वेले बोलिया बाबीहा, अमृत वेले बोलिया अमृत वेले बोलिया, तांदर सुनी पुकार, तांदर सुनी होएगी ते महाराज ने अमृत वेले दी वड़ियाई कीती है ना जी, मतलब कोई अहमियत होएगी ते एक एग्जांपल दी है ना। अमृत वेला कितना कीमती होएगा कि महाराज ने एक लाइव एग्जांपल दे के समझाया है। जिस चीज तू प्राप्ति हुई होवे ना, ध्यान नाल सुनना जी, जिस चीज तू प्राप्ति हुई होवे किसी ने, फिर ओदियां मिसालां ओदियां एग्जांपल्स दित्तियां जांदियां ने, जे तू भी पाना चाहना है ते ओदे वांग आ कम कर, आखो सतनाम, एग्जांपल्स दित्तियां जांदियां, एग्जांपल्स तां ने कोई वड्डी बात होवे ता। जिन्हां ने पा लिया, जिन्हां ने पा लिया, महाराज उन्हां दा जिक्र करते ने। हुण तुसीं वेखो किड्डी कमाल दी गल है, किड्डी कमाल दी गल, भगतां ने तां पाया पाया, नाम जपण वालिया ने तो पाया पाया, बंदगी करन वालिया ने तो पाया, ते पाया एक पंछी ने भी, आखो सतनाम, कमाल होगी, पाया एक पंछी ने भी। ते साहब कहिंदे ने देखो पंछी नूं खाली एक जुगत का पता लग गया, उन्हें उस जुगती नाल पा लिया। मसला ए नहीं सी की मंग है, मसला ए है कि मंग पूरी होई कि नहीं होई, आखो सतनाम, मसला ए नहीं कि मंग की है, मसला आ है कि मंग पूरी होई कि नहीं होई। नाम जपण वाले दी मंग नाम है, परमेश्वर दे भगत दी मंग परमेश्वर है। हुण बाबी है दी अपनी एक मंग सी, उन्हें साफ कहता ए जल मेरा जियो है, जल बिन रह न जाए, ए जल तो बिना मैं जींदा नहीं रह सकता। हुण ओदे लई आ जल बहुत वड्डी बात, जल बिन प्यास ना उतरे छुटक जाए मेरे प्राण, कहिंदे प्राण जाणदे ने प्राण ही ना रहे ते कहिंदे मैं की सुख माणांगा दुनिया दा, की वेखांगा दुनिया दा जे प्राण ही ना रहे मेरे, ते जिदे करके मेरे प्राण अड़े होए ने कहिंदे ओ चीज मैं चाहीदी, उसी स्वांती बूंद अंबरां तो जिहड़ा जल गिरदा
ਅੰਬਰਾਂ ਤੋਂ ਜਿਹੜਾ ਜਲ ਗਿਰਦਾ ਤੇ ਮਹਾਰਾਜ ਕਹਿੰਦੇ ਕਹਿੰਦੇ ਵੇਖੋ ਬਾਬੀਹਾ ਕਿੱਦਾਂ ਸੂਝਵਾਨ ਪਤਾ ਨੀ ਕਿੱਥੋਂ ਸੋਝੀ ਪੈ ਗਈ ਇਹਨੂੰ ਕਿੱਥੋਂ ਜੁਗਤੀ ਪਕੜ ਲਈ ਇਹਨੇ ਕੌਣ ਇਹਨੂੰ ਸਿਖਾਉਣ ਵਾਲਾ ਹੈ ਕੌਣ ਇਹਨੂੰ ਪੜ੍ਹਾਉਣ ਵਾਲਾ ਹੈ ਪਰ ਪੜ ਗਿਆ ਉਹ ਪੜ੍ਹਾਈ ਪੜ ਗਿਆ ਜਿਸ ਪੜ੍ਹਾਈ ਦੇ ਕਰਕੇ ਉਹ ਵਾਹਿਗੁਰੂ ਨੂੰ ਵੀ ਝੁਕਣਾ ਪੈਂਦਾ ਆ ਖੁਸਾ ਨਾ ਪੜ ਗਿਆ ਮਤਲਬ ਦੇਖੋ ਕਮਾਲ ਦੀ ਗੱਲ ਰੱਬ ਜਾਣੇ ਪੰਛੀ ਨੂੰ ਇਹ ਬਬੀਹੇ ਨੂੰ ਇਹ ਪੜ੍ਹਾਈ ਕਿੰਨੇ ਪੜ੍ਹਾਈ ਇਹ ਜੁਗਤੀ ਕਿੰਨੇ ਦਿੱਤੀ ਇਹ ਕਿੱਥੋਂ ਸਿੱਖਿਆ ਉਹਨੇ ਕਿ ਅੰਮ੍ਰਿਤ ਵੇਲੇ ਜੇ ਇੱਡੀ ਮਹਾਨਤਾ ਹੈ ਪਰ ਪੜ ਗਿਆ ਪੜ੍ਹਾਈ ਤੇ ਲੈ ਗਿਆ ਤੇ ਸਾਨੂੰ ਪੁਕਾਰ ਪੁਕਾਰ ਕੇ ਸਤਿਗੁਰ ਦੱਸਦੇ ਪਏ ਨੇ ਪੁਕਾਰ ਪੁਕਾਰ ਕੇ ਅਸੀਂ ਮੂਰਖ ਫਿਰ ਨਾ ਪੜਦੇ ਪਏ ਇਹ ਪੜਾਈ ਆਖੋ ਸਤਨਾਮ ਬਣੇਗਾ ਕੀ ਕਲੀਅਰ ਕਲੀਅਰ ਕਹਿ ਦਿੱਤਾ ਕਹਿੰਦੇ ਤਾਂ ਇਹ ਤਾਂ ਕੰਡੀਸ਼ਨ ਹੈ ਤੂੰ ਆਹ ਕੰਮ ਕਰ ਤਾਂ ਮੈਂ ਤੈਨੂੰ ਆ ਚੀਜ਼ ਦਿਆਂ ਤੂੰ ਉੱਥੇ ਪਹੁੰਚ ਤਾਂ ਮੈਂ ਤੈਨੂੰ ਆ ਤਾਂ ਇੱਕ ਕੰਡੀਸ਼ਨ ਹੈ ਜੇ ਇਹ ਕੰਮ ਹੋਏਗਾ ਤਾਂ ਤੈਨੂੰ ਮੈਂ ਤਾਂ ਇੱਕ ਜੋੜ ਹੈ ਇੱਧਰ ਤੇ ਇੱਧਰ ਦੇ ਪਾਠ ਦਾ ਵਿਚਕਾਰਲਾ ਜੋੜ ਹੈ ਤਾਂ ਤੈਨੂੰ ਮੈਂ ਇਹ ਚੀਜ਼ ਦਿਆਂਗਾ ਜੇ ਇਹ ਕੰਮ ਕਰੇਗਾ ਮਹਾਰਾਜ ਕਹਿੰਦੇ ਤਾਂ ਦਰ ਸੁਣੀ ਪੁਕਾਰ ਤਾਂ ਦਰ ਤੇ ਪੁਕਾਰ ਸੁਣੀ ਗਈ ਜੀ ਕਦੋਂ ਸੁਣੀ ਗਈ ਕਹਿੰਦੇ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਪੁਕਾਰ ਸੁਣੀ ਅਕਸਰ ਦਾਸ ਇਹ ਗੱਲ ਕਹਿੰਦਾ ਕਿ ਦਿਨ ਵੇਲੇ ਬਾਬੀਹਾ ਗੂੰਗਾ ਹੋ ਜਾਂਦਾ ਸ਼ਾਮਾਂ ਨੂੰ ਗੂੰਗਾ ਹੋ ਜਾਂਦਾ ਨਹੀਂ ਜੀ ਬੋਲਦਾ ਗੂੰਗਾ ਨਹੀਂ ਹੁੰਦਾ ਸਵੇਰੇ ਵੀ ਬੋਲਦਾ ਦੁਪਹਿਰ ਵੀ ਬੋਲਦਾ ਸ਼ਾਮ ਨੂੰ ਵੀ ਬੋਲਦਾ ਪਰ ਬਾਬੀਹੇ ਨੂੰ ਇੱਕ ਚੀਜ਼ ਦਾ ਗਿਆਨ ਹੋ ਗਿਆ ਉਹ ਰੱਬ ਜਾਣੇ ਕਿੱਥੋਂ ਗਿਆਨ ਹੋਇਆ ਪਤਾ ਨਹੀਂ ਕਿ ਜੋ ਬੋਲ ਅੰਮ੍ਰਿਤ ਵੇਲੇ ਦੀ ਪੁਕਾਰ ਦੇ ਵਿੱਚ ਸੁਣਵਾਈ ਹੋ ਸਕਦੀ ਹੈ ਉਹ ਬੋਲ ਕਿਤੇ ਵੀ ਨਹੀਂ ਚੱਲ ਸਕਦੇ ਅੰਮ੍ਰਿਤ ਵੇਲੇ ਦੇ ਬੋਲ ਸਿੱਧਾ ਬਾਰਗਾਹ 'ਚ ਜਾ ਕੇ ਵੱਜਣ ਗਿਆ ਕੋ ਸਤਨਾ ਇਹ ਲੱਗ ਗਿਆ ਪਤਾ ਬੱਬੀਹੇ ਨੂੰ ਭੇਦ ਪਤਾ ਲੱਗ ਗਿਆ ਮੈਂ ਦੁਪਹਿਰੇ ਵੀ ਬੇਨਤੀਆਂ ਕਰ ਲਾਂ ਸ਼ਾਮ ਨੂੰ ਵੀ ਕਰ ਲਾਂ ਉਹ ਜਦੋਂ ਮਰਜ਼ੀ ਕਰ ਲਾਂ ਪਰ ਜਿਹੜੀ ਬੇਨਤੀ ਨੇ ਕਬੂਲ ਹੋਣਾ ਉਹ ਅੰਮ੍ਰਿਤ ਵੇਲੇ ਦੀ ਬੇਨਤੀ ਦੇਖੋ ਕਿੱਡੀ ਵੱਡੀ ਗੱਲ ਅੱਗੋਂ ਮਹਾਰਾਜ ਨੇ ਕਰ ਦਿੱਤੀ ਕਿੱਡੀ ਵੱਡੀ ਗੱਲ ਕੋਈ ਛੋਟੀ ਬਾਤ ਹੈ ਕਹਿੰਦੇ ਰੱਬ ਨੂੰ ਵੀ ਝੁਕਣਾ ਪੈ ਗਿਆ ਕਹਿੰਦੇ ਦਿਓ ਏ ਰੋਜ਼ ਚਿੱਠੀਆਂ ਭੇਜੀ ਜਾਂਦਾ ਪਿਆ ਰੋਜ਼ ਬੇਨਤੀ ਬਾਬੀਹਾ ਪ੍ਰਿਓ ਕਰੇ ਹਟਦਾ ਹੀ ਨਹੀਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ ਮਹਾਂਪੁਰਖ ਕਹਿੰਦੇ ਗੁਰਸਿੱਖਾ ਤੂੰ ਵੀ ਬਾਬੀਹਾ ਬਣ ਜਾ ਉਹਨੇ ਅੰਮ੍ਰਿਤ ਵੇਲੇ ਪ੍ਰਿਓ ਕਰਕੇ ਆਪਣੀ ਮੰਗ ਮੰਗਵਾ ਲਈ ਤੂੰ ਵਾਹਿਗੁਰੂ ਕਰਕੇ ਆਪਣੀ ਮੰਗ ਜਾਗੀ ਆਪਣੇ ਤੇ ਲਿਹਾਜ਼ ਨਾ ਕਰੀ ਤਰਸ ਨਾ ਖਾਈ ਆਪਣੇ ਤੇ ਜੇ ਆਪਣੇ ਤੇ ਤਰਸ ਖਾਏਗਾ ਤਰਸ ਦਾ ਪਾਤਰ ਬਣ ਜਾਏਗਾ ਆਖੋ ਸਤਨਾਮ ਗੱਲ ਸਮਝਦੇ ਬੜੀ ਡੂੰਗੀ ਗੱਲ ਹੈ ਜੇ ਆਪਣੇ ਤੇ ਤਰਸ ਕਰੇਗਾ ਬੰਦਿਆ ਤਰਸ ਦਾ ਪਾਤਰ ਬਣ ਜਾਏਗਾ ਤਰਸ ਦਾ ਪਾਤਰ ਕੌਣ ਹੁੰਦਾ ਜਿਹੜਾ ਰੁਲਿਆ ਹੁੰਦਾ ਤਰਸ ਦਾ ਪਾਤਰ ਹੁੰਦਾ ਲੋਕੀ ਤਰਸ ਕਰਦੇ ਨੇ ਪੱਲੇ ਕੱਖ ਨਹੀਂ ਹੁੰਦਾ ਤਰਸ ਕਰਕੇ ਬੰਦਾ ਰੋਟੀ ਦੇ ਦਿੰਦਾ ਤਰਸ ਕਰਕੇ ਕੱਪੜੇ ਦੇ ਦਿੰਦਾ ਤਰਸ ਦਾ ਪਾਤਰ ਬਣ ਜਾਂਦਾ ਆਪਣੇ ਤੇ ਤਰਸ ਨਾ ਕਰਨਾ ਆਪਣੇ ਤੇ ਕੋਈ ਤਰਸ ਨਾ ਕਰਨਾ ਨਾ ਆਪਣੇ ਬੱਚਿਆਂ ਤੇ ਤਰਸ ਕਰਨਾ
ਕਿੱਡੀ ਵੱਡੀ ਅਗਲੀ ਪੰਕਤੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਮੇਕੇ ਨੂੰ ਫਰਮਾਨ ਹੋਵਾ, ਮੇਕੇ ਬਦਲਾ ਲਵਾ। ਇੱਕ ਪੰਕਤੀ ਆਉਂਦੀ ਹੈ, ਇਸ ਮੇਕੇ ਹੱਥ ਕਿਛ ਨਾ ਜੀ, ਕਿਆ ਉੱਠ ਉੱਠ ਦੇਖਿਆ ਪੱਪੜੇ, ਜਿਨ ਇਹ ਮੇਘ ਬਿਠਾਇਆ ਤਿਸਰਾ ਕੋ ਮਨ ਮਾਹੀ। ਇਹ ਮੇਘ ਦੇ ਹੱਥ ਚ ਕੁਝ ਨਹੀਂ ਹੈ। ਆਪਾਂ ਕਹਿੰਦੇ ਬੱਦਲ ਪਾਣੀ ਵਰਸਾਉਂਦਾ, ਨਾ, ਇਸ ਮੇਘੇ ਹੱਥ ਕਿਛ ਨਾ ਜੀ, ਕਿਆ ਉੱਠ ਉੱਠ ਦੇਖਿਆ। ਕਹਿੰਦੇ ਕੀ ਉੱਠ ਉੱਠ ਕੇ ਵੇਖੀ ਜਾਂਦੇ? ਕਹਿੰਦੇ ਜਿਨ ਇਹ ਮੇਘ ਬਿਠਾਇਆ, ਜਿਹਨੇ ਇਹ ਮੇਘ ਦੇ ਚ ਪਾਣੀ ਭਰਿਆ, ਜਿਹਨੇ ਇਸ਼ਾਰਾ ਦਿੱਤਾ ਚੱਲ ਇੱਧਰ ਚੱਲ ਚੱਲ ਇੱਧਰ ਚੱਲ ਚੱਲ। ਹੁਣ ਇੱਕ ਦੇਸ਼ ਸੁੱਕਾ ਪਿਆ ਜਿੱਥੇ ਸਮੁੰਦਰ ਹੈ ਹੀ ਨਹੀਂ, ਜਿੱਥੇ ਪਾਣੀ ਦਾ ਸਰੋਤ ਹੈ ਹੀ ਨਹੀਂ। ਕਿੱਡੀ ਤਗੜੀ ਟਰਾਂਸਪੋਰਟੇਸ਼ਨ ਹੈ ਉਸ ਰੱਬ ਦੀ। ਮੈਂ ਕਈ ਵਾਰੀ ਹੈਰਾਨ ਹੁੰਦਾ, ਸੱਚ ਖੇਡਾਂ ਨੇ ਕਿੱਡੀ ਵੱਡੀ ਟਰਾਂਸਪੋਰਟੇਸ਼ਨ ਹੈ ਸਤ ਸੰਗਤ ਜੀ। ਜਿੱਥੇ ਸਮੁੰਦਰ ਹੈ ਉੱਥੋਂ ਬੱਦਲ ਪਾਣੀ ਚੱਕਦਾ, ਉਹਦੇ ਹੁਕਮ ਚ ਉਹ ਹੁਕਮ ਕਰਦਾ ਇੱਥੋਂ ਪਾਣੀ ਚੱਕ। ਹੁਣ ਪਾਣੀ ਬੱਦਲ ਦੇ ਵਿੱਚ ਹੈ, ਬੱਦਲਾਂ ਲਈ ਕੋਈ ਬਾਰਡਰ ਨਹੀਂ, ਰੱਬ ਲਈ ਕੋਈ ਬਾਰਡਰ ਹੈ? ਇਧਰੋਂ ਚੱਕਿਆ ਤੇ ਅਫਗਾਨਿਸਤਾਨ ਬਿਲਕੁਲ ਸੁੱਕਾ ਪਿਆ, ਬਿਲਕੁਲ ਸੁੱਕਾ। ਇੱਥੋਂ ਪਾਣੀ ਚੱਲਦਾ ਬੱਦਲਾਂ ਦੇ ਰਾਹੀਂ, ਬੱਦਲਾਂ ਦੇ ਰਾਹੀਂ ਜਾ ਕੇ ਦੇਖੋ ਕਿੱਥੇ ਜਾ ਕੇ ਸਾਸਰ ਪਾਣੀ ਵਰਸਾਉਂਦਾ ਪਿਆ ਰੱਬ। ਆਖੋ ਸਤਨਾਮ, ਕਿਆ ਟਰਾਂਸਪੋਰਟੇਸ਼ਨ ਹੈ, ਕਿਆ ਟਰਾਂਸਪੋਰਟੇਸ਼ਨ ਹੈ ਉਸ ਰੱਬ ਦੀ। ਜਿਹਨੇ ਇਹ ਮੇਘ ਪਠਾਇਆ, ਜਿਹਨੇ ਇਹ ਮੇਘ ਨੂੰ ਪਠਾਇਆ, ਜਿਹਨੇ ਤੋਰਿਆ ਪਿਆ, ਇਹ ਮੇਘ ਜਿਹਦੇ ਹੱਥ ਚ ਹੈ, ਕਿਹਦੇ ਹੱਥ ਚ? ਰੱਬ। ਵਾਹਿਗੁਰੂ ਜੀ, ਤੇ ਰੱਬ ਨੇ ਹੁਕਮ ਕਰਤਾ, ਕਹਿੰਦੇ ਓਏ ਵਰਸੋ 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 ਭਾਈ, ਨਹੀਂ ਵਰਸਣਾ ਸੀ ਨਾ, ਕਹਿੰਦੇ ਹੁਣ ਵਰਸ ਪੋ। ਬੜੀਆਂ ਚਿੱਠੀਆਂ ਆ ਰਹੀਆਂ ਬਬੀਹੇ ਦੀਆਂ, ਸਤਨਾਮ, ਬੜੀਆਂ ਪੁਕਾਰਾਂ ਆ ਰਹੀਆਂ। ਚਲੋ ਬਈ, ਵਰਸ ਮੇਗੇ ਨੂੰ ਫੁਰਮਾਨ ਹੋਵਾ, ਫੁਰਮਾਨ ਹੋ ਗਿਆ, ਹੁਕਮ ਹੋ ਗਿਆ, ਵਰਸੋ ਕਿਰਪਾ, ਵਰਸ ਵਰਸ ਬਈ ਵਰਸ। ਜੋ ਮੰਗਦਾ ਹੈ ਤੇ ਹੋਈ, ਜੋ ਮੰਗਦਾ ਹੈ ਤੇ ਹੋ ਗਿਆ। ਇੱਕ ਇੱਕ ਪੰਛੀ ਨੇ ਭੇਦ ਪਾ ਲਿਆ, ਕਿੱਡੇ ਅਫਸੋਸ ਦੀ ਗੱਲ ਹੈ। ਅਸੀਂ ਇਨਸਾਨ ਹੋ ਕੇ ਸਾਧ ਸੰਗਤ, ਔਰ ਇਹ ਭੇਦ ਬਾਰੇ ਪਤਾ ਵੀ ਲੱਗ ਗਿਆ ਤਾਂ ਵੀ ਆਪਾਂ ਜੁੜ ਨਾ ਸਕੇ ਅੰਮ੍ਰਿਤ ਵੇਲੇ ਦੇ, ਤਾਂ ਵੀ ਉਹ ਖਿੱਚ ਨਹੀਂ, ਕਦੇ ਉੱਠ ਗਏ ਕਦੇ ਸੌਂ ਗਏ, ਦੋ ਦਿਨ ਉੱਠ ਗਏ ਇੱਕ ਦਿਨ ਸੌ ਗਏ, ਚਾਰ ਦਿਨ ਉੱਠ ਗਏ ਦੋ ਦਿਨ ਸੌ ਗਏ, ਪੰਜ ਦਿਨ ਉੱਠ ਗਏ ਦੋ ਦਿਨ ਸੌ ਗਏ। ਇਹ ਕੋਈ ਖਿੱਚ? ਇਹ ਕੋਈ ਖਿੱਚ? ਬਬੀਹਾ ਇੱਕ ਪਲ ਲਈ ਅੰਮ੍ਰਿਤ ਵੇਲੇ ਨਹੀਂ ਸੌਂਦਾ, ਤੂੰ ਦੇਂਗਾ ਤਾਂ ਚੈਨ ਨਾਲ ਬਿਲਕੁਲ ਦੇ ਪੇ ਦੇ ਪੇ ਖਿੱਚ। ਉਹ ਗੱਲ ਵੱਖਰੀ, ਤੁਹਾਡੀ ਮੰਗ ਕੀ ਹੈ ਉਹ ਗੱਲ ਵੱਖਰੀ, ਤੁਹਾਡੀ ਦੁਨਿਆਵੀ ਮੰਗ ਹੈ ਕਿ ਦਰਗਾਹੀ ਮੰਗ ਹੈ ਉਹ ਗੱਲ ਵੱਖਰੀ, ਪਰ ਜੇ ਮੰਗ ਪੂਰੀ ਕਰਾਉਣਾ ਚਾਹੁੰਦੇ ਹੋ ਤੇ ਬਹਿ ਜਾਓ ਇੱਕ ਵਾਰੀ ਅੰਮ੍ਰਿਤ ਵੇਲੇ। ਦਾਤਾਂ ਲੈ ਕੇ ਬਹਿੰਦੇ ਨੇ ਨਾਨਕ ਜੀ, ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦਾਤਾਂ ਲੈ ਕੇ ਬਹਿੰਦੇ ਨੇ ਅੰਮ੍ਰਿਤ ਵੇਲੇ, ਬਖਸ਼ਿਸ਼ ਦੇ ਬੂਹੇ ਖੋਲ ਦਿੰਦੇ ਨੇ। ਆਓ ਆਓ ਭਾਈ, ਲੁੱਟ ਲੋ ਲੁੱਟ ਲੋ, ਬਖਸ਼ਿਸ਼ ਦੇ ਬੂਹੇ ਖੋਲੇ ਹੋਏ ਨੇ, ਜਿੰਨੀ ਬਖਸ਼ਿਸ਼ ਲੁੱਟ ਸਕਦੇ ਹੋ ਲੁੱਟ ਲੋ। ਆਖੋ ਸਤਨਾਮ। ਦੁਨੀਆ ਰੋਜ਼ ਪਈ ਸਾਸ ਰੋਲਾ ਪਾਉਂਦੀ ਹੈ, ਵਾਹਿਗੁਰੂ ਜੀ ਕਿਰਪਾ ਕਰੋ, ਹੇ ਅੱਲਾਹ ਪਾਕ ਕਿਰਪਾ ਕਰੋ, ਰਾਮ ਜੀ ਕਿਰਪਾ ਕਰੋ, ਫਲਾਣਾ ਜੀ ਕਿਰਪਾ ਕਰੋ, ਵਾਹਿਗੁਰੂ ਜੀ ਕਿਰਪਾ ਕਰੋ, ਏਦਾਂ ਰੋਲਾ ਪਾਈ ਜਾਂਦੇ ਕਿਰਪਾ ਕਰੋ। ਉਹ ਰੱਬ ਕਹਿੰਦਾ, ਅੱਲਾਹ ਕਹਿੰਦਾ, ਮਾਲਕ ਕਹਿੰਦਾ, ਵਾਹਿਗੁਰੂ ਕਹਿੰਦਾ, ਮੈਂ ਕਰਾਂਗਾ, ਇੱਕ ਵੇਲਾ ਹੈ ਮੇਰਾ ਕਿਰਪਾ ਕਰਨ ਦਾ, ਮੈਂ ਬੂਹੇ ਖੋਲੇ ਹੁੰਦੇ ਨੇ, ਆ ਜਾ ਆ ਜਾ। ਉੱਠ ਉੱਠ ਉੱਠ, ਪ੍ਰਭਾਤ ਵੇਲੇ ਉੱਠ, ਤਾਰਿਆਂ ਦੀ ਛਾਂ ਚ ਉੱਠ, ਭਲਕੇ ਉੱਠ, ਚੱਲ ਆ ਗਏ ਉੱਠ, ਭਿੰਨੀ ਰਹਿਣੀ ਏ ਚਮਕਣ ਤਾਰੇ ਜਦੋਂ ਆ ਵੇਲਾ ਹੋਏ, ਉੱਠ ਉੱਠ ਬੰਦਗੀ ਕਰ ਆ ਮੇਰੇ ਕੋਲ,
आप ना असी उठिए अमृत वेला ना संभालिए फिर जो अमृत वेला खत्म हो जाता है बूए बंद फिर दिन वेले चढ़े ते अखां मलदे आने रब दे कोल गुरु जी को वाहेगुरु जी कृपा कर दिओ वाहेगुरु जी कृपा कर दिओ वाहेगुरु कहिंदे करांगा सवेरे आ जा फिर 10 बजे 9 बजे 8 बजे 7 बजे 6 बजे उठदे आ 6-6 बजे तक सुते रहिंदे आ फिर अखां मल के आ जांदे वाहेगुरु जी दे दिओ देंगा उधरों भी इक्को जवाब आंदा देंगा अमृत वेले आ जा आखो सतनाम हो सकता दाता लेके बैठे हो पता नहीं ये बोल किदे वास्ते ने किदे वास्ते मेरे गुरु नानक साहब महाराज कढ़वांदे पए ने हो सकता है मेरे गुरु नानक साहब तुहाडे लई लेके बैठे हो जो तुसीं मंगदे पए हो बुआ खड़काओ तो सही एक दलील दे नाल दास गल करदा है किसी ने तुहानू बुलाया कि तुहाडे लई मैं एक बड़ा प्रीशियस कीमती गिफ्ट रखिया होया आके लै जाए बड़े खुश हो गए जी सतपचन मैं आया हुण आए उहदे घर दे बाहर आपां टहलदे रहे घंटा दो घंटे तीन घंटे टहलदे रहे हुण टहलदे रहे जदों साध संगत उह बंदा बाहर ना आया घरे चले गए फोन कीता यार तू चंगा मजाक कीता मेरे नाल तू चंगा मजाक किया बुला के जलील किया मैं तू कहिंदा सी कि एक बड़ा कीमती गिफ्ट रखे अगों आवाज आई बिल्कुल रखे हूं भी रखे फिर तू बाहर तो आया नहीं मैं डेढ़ घंटा दो घंटे तेरे घर के बाहर इदा इदा टहलदा रहा अगों आवाज आई कहिंदे ओ भोलिया टहलदा रहा एक छोटी जी बैल लगी सी घंटी वह दबा दिंदा जे घंटी खराब सी बुआ खड़का दिंदा बुआ खड़कांदा मैं बाहर आंदा तेरे लिए मैं पदार्थ लेके आंदा गिफ्ट लेके आंदा तू बुआ तक खड़कांदा ना तू बुआ खड़काया ना मैं बाहर आया तू फिर खाली रह गया सवेरे बुआ खड़काओ अमृत आ जिहड़ा अमृत वेले गुरु 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 करदे पए हो इह बुआ खड़काउणा है नानक जी दे घर दा हॉटलाइन गल्लां होंदियां ने बाबा नामदेव जी दी होईयां नी कहिंदा तू कौन रे कहिंदे मैं जी नामा इदां इदां बाणी पढ़ियो तू कौन रे जिवें किसे दा बुआ खड़काने ना ते अंदरों आवाज आंदी है कौन है बारला बंदा बोलता कहिंदे मैं फलाना सिंह मैं फलाना इदां गल हुंदी अंदरों आवाज आउंदी कौन है बारला कहिंदे मैं फलाना सिंह जी कहिंदे अच्छा आ जा इदां ही हुंदी ना कन्वर्सेशन गुफ्तगू इदां ही हुंदी ना इदां ही महाराज ने गुरु ग्रंथ साहिब महाराज कहिंदे नामदेव जी दे नाल हॉटलाइन गल होई रोज बुआ खड़कान वाहेगुरु जी दे घर दा रोज बुआ खड़कान ते उधरों आवाज आ गई जी कहना तू कौन रे कहते मैं जी नामा तुहाडा नामा तुहाडा पुत्र तुहाडा प्यारा मैं जी नामा की चाहना है कहते हां जी आला ते निवारना जमकार जमा का डर पिया होया महाराज काटे आखो सतना आला ते निवार जम कारण सिद्धी गल होंदी है जे गल करन वाला होवे जदों बादशाह दरबार दे विच बैठा होएगा ते फरियादी आएगा ते उदों दी झोली भरी जाएगी हुण बादशाह दरबार दे विच बैठा ही नहीं है हुण ओ आके सत्संगत की करेगा उदा तो हर वेले हर वक्त हर थां ते मौजूद है मेरे वाहेगुरु पर बख्शिश देण दा जिहड़ा समा है वह अमृत वेले यकीन जाने ताही लाइव एग्जाम्पल दे के समझाया जी तां दर सुनी पुकार बाबीहा अमृत वेले बोले खड़काओ बूए अमृत वेले कई कहिंदे ने जदों जागो जी उदों अमृत वेले जदों नाम जप लो उदों अमृत वेले दुपहर दे 2:30 बजे होण
ਤੁਸੀਂ ਕਹੋਗੇ ਪ੍ਰਭਾਤ ਹੋ ਗਈ ਹੈ, ਕਹੋਗੇ ਝਾਲ ਆ ਗਏ ਹੋ ਗਈ ਹੈ, ਭਿੰਨੀ ਰਹਿਣ ਜਿਹੜੀ ਹੈ ਚਮਕਣ ਤਾਰੇ ਦੁਪਹਿਰੇ 2 ਵਜੇ ਬੋਲੋਗੇ ਹੋਸ਼ ਕਰੋ ਮਾੜਾ ਜਿਹਾ। ਉਹ ਠੀਕ ਹੈ, ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਜਦੋਂ ਪੜੋ ਉਹ ਅੰਮ੍ਰਿਤ ਵੇਲਾ, ਇੱਕ ਅੰਮ੍ਰਿਤ ਵੇਲਾ ਤਾਂ ਉਹ ਹੋ ਗਿਆ, ਪਰ ਜਿਸ ਅੰਮ੍ਰਿਤ ਵੇਲੇ ਬਖਸ਼ਿਸ਼ ਵਾਲੀ ਗੱਲ ਕੀਤੀ ਹੈ, ਜਿਸ ਅੰਮ੍ਰਿਤ ਵੇਲੇ ਬਖਸ਼ਿਸ਼ ਵਾਲੀ ਗੱਲ ਕੀਤੀ ਹੈ, ਉਹ ਆ ਅੰਮ੍ਰਿਤ ਵੇਲਾ ਹੁਣ ਜਿਹੜਾ ਤੁਸੀਂ ਬੈਠੇ ਹੋ, ਆ ਜਿਹੜਾ ਤੁਸੀਂ ਅੰਮ੍ਰਿਤ ਵੇਲੇ ਬੈਠੇ। ਬੀਬੀ ਹਾਂ ਦਿਨ ਵੇਲੇ ਨਹੀਂ ਬੋਲ ਕੇ ਪਾਇਆ, ਉਹਨੇ ਸ਼ਾਮਾਂ ਨੂੰ ਬੋਲ ਕੇ ਨਹੀਂ ਪਾਇਆ, ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਬੋਲਿਆ ਤੇ ਪਾਇਆ। ਜਾਗਣਾ ਪੈਣਾ, ਹੱਡ ਭੰਨੇ ਪੈਣੇ ਨੇ, ਹਿੰਮਤ ਕਰਨੀ ਪੈਣੀ ਹੈ, ਦਲਿੱਦਰ ਨੂੰ ਮਾਰਨਾ ਪੈਣਾ, ਆਪਸ਼ਨ ਹੀ ਨਹੀਂ ਹੈ ਜੀ, ਕੋਈ ਚਾਰਾ ਹੀ ਨਹੀਂ, ਨੋ ਇਫ ਐਂਡ ਬਟ, ਜਾਗਣਾ ਹੀ ਪੈਣਾ, ਕੋਈ ਚਾਰਾ ਨਹੀਂ ਹੈ ਸਾਡੇ ਕੋਲ। ਅੰਮ੍ਰਿਤ ਵੇਲੇ ਦਾ ਕੋਈ ਸਬਸਟੀਟਿਊਟ ਨਹੀਂ ਹੈ, ਉਹਦੇ ਬਰਾਬਰੀ ਤੇ ਕੁਛ ਵੀ ਨਹੀਂ ਹੈ, ਅੰਮ੍ਰਿਤ ਵੇਲੇ ਦੀ ਬਰਾਬਰੀ ਤੇ ਕੋਈ ਪੈਰਲਲ ਟੂ ਡੈਟ ਨਹੀਂ ਹੈ ਜੀ, ਕਿ ਆਪਾਂ ਕਹੀਏ ਚਲੋ ਆਹ ਨਾ ਕਰਕੇ ਆਹ ਕਰ ਲਓ, ਆਹ ਨਾ ਕਰਕੇ ਆਹ ਕਰ ਲਓ। ਜਿਵੇਂ ਬਾਬਾ ਆਨੰਦ ਸਿੰਘ ਜੀ ਨੇ ਇੱਕ ਬੜੀ ਸੋਹਣੀ ਯੁਗਤੀ, ਪਿਆਰ ਵਾਲੀ ਯੁਗਤੀ ਉਹਨਾਂ ਵਾਸਤੇ ਦਿੱਤੀ ਹੈ, ਕਹਿੰਦੇ ਜਾਂ ਸਹਿਜ ਪਾਠ ਕਰ ਲਓ, ਜਾਂ 51 ਪਾਠ ਸੁਖਮਨੀ ਸਾਹਿਬ ਦੇ ਕਰ ਲਓ, ਜਾਂ 250 ਪਾਠ ਜਪਜੀ ਸਾਹਿਬ ਦੇ ਕਰ ਲਓ, ਇੱਕ ਸਹਿਜ ਪਾਠ ਦਾ ਫਲ ਮਿਲ ਜਾਂਦਾ। ਕਹਿੰਦੇ ਜਾਂ ਆਹ ਕਰ ਲਈ, ਜਾਂ ਆਹ ਕਰ ਲਈ, ਜਾਂ ਆਹ ਕਰ ਲਈ, ਫਲ ਇੱਕੋ ਜਿਹਾ। ਪਰ ਅੰਮ੍ਰਿਤ ਵੇਲੇ ਦਾ ਯਾ ਹੈ ਹੀ ਨਹੀਂ, ਆਪਾਂ ਕਹੀਏ ਨਾ ਕਿ ਅੰਮ੍ਰਿਤ ਵੇਲੇ ਜਾਗ ਜਾ ਜਾਂ ਆਹ ਕੰਮ ਕਰ ਲੈ ਤੇ ਅੰਮ੍ਰਿਤ ਵੇਲੇ ਵਰਗਾ ਫਲ ਮਿਲ ਜਾਏਗਾ, ਮੁਮਕਿਨ ਹੀ ਨਹੀਂ ਹੈ, ਆਪਸ਼ਨ ਹੀ ਨਹੀਂ ਦਿੱਤੀ ਹੈ ਮਹਾਰਾਜ ਨੇ। ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹੈ, ਓਨਲੀ ਓਨਲੀ ਦੀ ਕੋਈ ਆਪਸ਼ਨ ਹੈ, ਓਨਲੀ ਦਾ ਕੋਈ ਸਬਸਟੀਟਿਊਟ ਹੈ, ਓਨਲੀ ਦਾ ਮਤਲਬ ਓਨਲੀ, ਓਨਲੀ ਦਾ ਮਤਲਬ ਕੇਵਲ, ਬਸ ਇਹੀ ਹੈ, ਤੇ ਅੰਮ੍ਰਿਤ ਵੇਲੇ ਦਾ ਮਤਲਬ ਵੀ ਅੰਮ੍ਰਿਤ ਵੇਲਾ ਹੀ ਹੈ, ਦੂਸਰਾ ਕੋਈ ਆਪਸ਼ਨ ਹੈ ਹੀ। ਦਿਨ ਵੇਲੇ ਜਪੋ, ਸ਼ਾਮ ਵੇਲੇ ਜਪੋ, ਦੁਪਹਿਰੇ ਜਪੋ, ਜਿੱਦਾਂ ਮਰਜ਼ੀ ਜਪੋ, ਮੁਬਾਰਕ, ਪਰ ਸੰਗਤ ਜੀਓ ਅੰਮ੍ਰਿਤ ਵੇਲਾ ਸੰਭਾਲਣਾ ਪਏਗਾ, ਸੰਭਾਲਣਾ ਪਏਗਾ। ਐਵੇਂ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿਤਾ, ਗੁਰਸਤਿਗੁਰ ਕਾ ਜੋ ਸਿੱਖ ਅਖਾਏ, ਆ ਪੰਕਤੀ ਨੂੰ ਇੱਥੇ ਵਸਾ ਕੇ ਰੱਖਿਆ, ਗੁਰਸਤਿਗੁਰ ਕਾ ਜੋ ਸਿੱਖ ਅਖਾਏ, ਖਾਲੀ ਅਖਾਣਾ ਹੀ ਚਾਹੁੰਦਾ ਨਾ, ਮੈਂ ਗੁਰੂ ਦਾ ਸਿੱਖ ਹਾਂ, ਉਹਦੀ ਇੱਕ ਭੇਟਾ ਦੇਣੀ ਪੈਣੀ ਹੈ, ਮਤਲਬ ਇਹ ਘਵਾਉਣ ਲਈ, ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿੱਖ ਹਾਂ, ਮੈਂ ਬਾਜਾਂ ਵਾਲੇ ਦਾ ਸਿੱਖ ਹਾਂ, ਇੰਨਾ ਕਹਿਣ ਲਈ ਇੱਕ ਭੇਟਾ ਦੇਣੀ ਪੈਣੀ, ਕੀਮਤ ਦੇਣੀ ਪੈਣੀ, ਉਹ ਕੀਮਤ ਕੀ ਹੈ, ਅੰਮ੍ਰਿਤ ਵੇਲਾ। ਖਾਲੀ ਇੰਨਾ ਕਹਿਣਾ, ਸਿੱਖ ਬਣਨਾ ਤਾਂ ਬੜੀ ਦੂਰ ਦੀ ਗੱਲ ਹੋ ਗਈ, ਖਾਲੀ ਕਹਿਣਾ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਜਿਹੜਾ ਗੁਰੂ ਨਾਨਕ ਦਾ ਸਿੱਖ ਘਵਾਉਣਾ ਚਾਹੁੰਦਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆਪਸ਼ਨ ਹੀ ਨਹੀਂ, ਇੱਧਰ ਅੰਮ੍ਰਿਤ ਵੇਲੇ ਉੱਠਣਾ ਹੀ ਪੈਣਾ, ਗੁਰਸਤਿਗੁਰ ਕਾ ਜੋ ਸਿੱਖ ਅਖਾਏ ਸੋ ਫਲ ਕੇ, ਉੱਠ ਹਰਨਾਮ ਧਿਆਏ, ਉਦਮ ਕਰੇ ਪਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ, ਤੇਰੀ ਯਾਰੀ ਗੰਢੀ ਜਾਏਗੀ, ਤੇਰਾ ਰਿਸ਼ਤਾ ਗੰਢਿਆ ਜਾਏਗਾ, ਇੱਕ ਮਿਕਤਾ ਹੋ ਜਾਏਗੀ, ਪਿਆਰ ਪੈ ਜਾਏਗਾ, ਜੇ ਅੰਮ੍ਰਿਤ ਵੇਲੇ ਬੰਦਗੀ ਦੇ ਵਿੱਚ ਬੈਠੇ, ਫੇਰ ਕਹਿ ਕੇ ਰੱਖੀ ਹੈ ਜਿੱਤ ਦਿਸੈ ਦਰਬਾਰ, ਮੋਹ ਕਹਿ ਬੋਲਣ ਬੋਲੀ ਹੈ ਜਿੱਤ ਸੁਣ, ਪਿਆਰ ਪੈ ਜਾਏ, ਯਾਰੀ ਪੈ ਜਾਏ, ਦਰਬਾਰ ਦਿਸ ਪਵੇ, ਮੇਰੀ ਗੰਢੀ ਜਾਵੇ ਉਹਦੇ ਨਾਲ, ਮੈਂ ਕੀ ਕਰਾਂ, ਮੈਂ ਕਿਹੜੇ ਬੋਲ ਬੋਲਾਂ, ਮੈਂ ਕੀ ਰੱਖਾਂ, ਮਹਾਰਾਜ ਕਹਿੰਦੇ ਰੱਖਣਾ ਹੀ ਫਿਰ ਆਪਣਾ ਅੰਮ੍ਰਿਤ ਵੇਲਾ ਰੱਖ, ਰੱਖ ਵੇਲਾ। ਰੱਬ ਦਾਤਾਰ ਹੈ, ਉਹਨੂੰ ਕੋਈ ਭੁੱਖ ਨਹੀਂ ਤੁਹਾਡੀ ਮਾਇਆ ਦੀ, ਕੋਈ ਭੁੱਖ ਨਹੀਂ ਤੁਹਾਡੇ ਪਦਾਰਥਾਂ ਦੀ, ਕੋਈ ਭੁੱਖ ਨਹੀਂ ਜੀ ਉਹਨੂੰ, ਤੁਸੀਂ ਨਹੀਂ ਚੜਾਓਗੇ ਰੁਮਾਲਾ ਸਾਹਿਬ ਕੋਈ ਫਰਕ ਨਹੀਂ ਉਹਨੂੰ ਪੈਂਦਾ, ਨਹੀਂ ਚੜਾਓਗੇ ਸਹਿਰੇ ਕੋਈ ਫਰਕ ਨਹੀਂ ਪੈਂਦਾ, ਨਹੀਂ ਲੰਗਰ ਕਰ ਸਕਦੇ ਨਾ ਕਰੋ ਕੋਈ ਗੱਲ ਨਹੀਂ। ਸਾਹਿਬ ਕਹਿੰਦੇ ਮੰਗ ਕੇ ਮੈਂ ਇੱਕ ਚੀਜ਼ ਤੇਰੇ ਕੋਲ ਲਵਾਂਗਾ, ਸਿੱਖਾ ਮੰਗ ਕੇ ਆਪਣਾ ਅੰਮ੍ਰਿਤ ਵੇਲਾ ਦੇ ਦੇ, ਆਖੋ ਸਤਨਾਮ, ਅੰਮ੍ਰਿਤ ਵੇਲਾ ਦੇ ਦੇ।
मंग के अमृत वेला लिया ते गुरु कुछ मंगे सिख दे कोलों ते सिख ना देवे फिर तो मैं बख्श लेना मैं बड़े कोड़े बोल बोलन लगा लख लानत है आखो सतनाम जीवन से लख लानत है गुरु कवे दे गुरु कवे दे ते सिख कवे ना मैं नहीं देंदा कदा सिख कदा सिख गुरु ने कदे नहीं कहा मैनु माया दे मैनु आ दे मैनु पदार्थ ना इको चीज मांग के लई है अमृत वेला दे मांग के लई है महाराज ने अमृत वेला जे सिख खवाना चाहना है तो महाराज कहंदे दे ए नहीं कहा जी कि सिख खवाना चाहना कोई बंदे ने पार्टी ज्वाइन करनी होती पहले पार्टी फंड देता है फलाना कर जे तू मेरी पार्टी का खवाना चाहना है जे मेरा कमाना चाहना है तो तेन आ डोनेशन देनी पैनी है आ काम करना पैना इदा करना इदा होंगे ना जी प्रोटोकॉल होंगे ना तो मेरे गुरु रामदास महाराज जी कहते जे मेरा कमाना चाहना है मेरे नाल रिश्ता गढ़ना चाहना है जे दुनिया नू दसना चाहना मैं गुरु रामदास महाराज दा वा ते दे दे अपना अमृत वेला दे मैनू आखो सतनाम देगा तो मैं अपना नाम तेरे नाल जोड़ांगा रामदास कहिंदे ने जे देंगा अमृत वेला किते नहीं गया मैनू लखां दे रुमाल ले मेरे लिए लंगर कर दे आ चीजां दे दे झूमर ला दे आ कर दे ना पातशाह कहिंदे मैं अपने नाम दा रिश्ता तेरे नाल जोड़ देंगा एक चीज दे अमृत वेला बंदगी दे इबादत अमृत वेले दी दे इस लई साथ संगत जीओ ਹੁਣ ਬਬੀ ਹੈ ਨੂੰ ਕਿੰਨੇ ਗਿਆਨ ਦਿੱਤਾ ਕੌਣ ਸੀ ਕਿਦਾਂ ਪਤਾ ਨਹੀਂ ਪਰ ਸਾਧ ਸੰਗਤ ਜਿਹੜਾ ਗਿਆਨ ਉਹਨੂੰ ਮਿਲਿਆ ਉਸ ਗਿਆਨ ਦੇ ਸਦਕੇ ਸਭ ਕੁਝ ਲੈ ਗਿਆ ਉਹ ਸੰਤਾਂ ਰੋਜ਼ ਗਿਆਨ ਦਿੰਦੇ ਸਤਿਗੁਰੂ ਫਿਰ ਅਸੀਂ ਚਾਰ ਦਿਨ ਜਾਗੇ ਦੋ ਦਿਨ ਛੁੱਟੀ ਛੇ ਦਿਨ ਜਾਗੇ ਇੱਕ ਦਿਨ ਛੁੱਟੀ ਕਿਉਂ ਛੁੱਟੀ ਰੋਟੀ ਖਾਣ ਦੀ ਕਦੇ ਛੁੱਟੀ ਕੀਤੀ ਛੁੱਟੀ ਕੀਤੀ ਕਦੇ ਨਹੀਂ ਅੰਮ੍ਰਿਤ ਵੇਲੇ ਦੀ ਵੀ ਨਹੀਂ ਕਰਨੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਨਿਭ ਜਾਵੇ ਇਹ ਅੰਮ੍ਰਿਤ ਵੇਲਾ ਮੇਰੀ ਜਿੰਦ ਦੇ ਨਾਲ ਆਖੋ ਸਤਨਾਮ ਜਿੰਦ ਨਾਲ ਅਰਦਾਸ ਕਰਿਓ ਹੇ ਵਾਹਿਗੁਰੂ ਹੁਣ ਅੰਮ੍ਰਿਤ ਵੇਲਾ ਦਿੱਤਾ ਈ ਤੇ ਇਹ ਨਿਭ ਜਾਵੇ ਮੇਰੇ ਅਖੀਰਲੇ ਸਵਾਸ ਜਿਸ ਦਿਨ ਮੇਰੀ ਮੌਤ ਆਣੀ ਹੋਵੇ ਉਸ ਦਿਨ ਵੀ ਅੰਮ੍ਰਿਤ ਵੇਲਾ ਮੈਂ ਤੁਹਾਡੀ ਗੋਦੀ ਦਾ ਨਿੱਘ ਮਾਣਿਆ ਹੋਵੇ ਜਿਸ ਦਿਨ ਮੇਰੀ ਮੌਤ ਆਣੀ ਹੋਵੇ ਮੈਨੂੰ ਨਹੀਂ ਪਤਾ ਕਦੋਂ ਮੈਨੂੰ ਨਹੀਂ ਪਤਾ ਪਰ ਇਹ ਨਾ ਹੋਵੇ ਜਿਸ ਦਿਨ ਮੌਤ ਆਣੀ ਹੋਵੇ ਉਸ ਦਿਨ ਮੈਂ ਸੁੱਤਾ ਰਵਾਂ ਤੇ ਮੂੰਹ ਕੀ ਦਿਖਾਵਾਂਗਾ ਮਹਾਰਾਜ ਨੂੰ ਆਖੋ ਸਤਨਾਮ ਮੰਨ ਲਓ ਜਿਸ ਦਿਨ ਮੌਤ ਆਣੀ ਹੈ ਉਸ ਦਿਨ ਅੰਮ੍ਰਿਤ ਵੇਲੇ ਸੁੱਤਾ ਘਰਾੜੇ ਮਾਰਦਾ ਰਿਹਾ ਤੇ ਉਸੇ ਦਿਨ ਮਰਿਆ ਬੰਦਾ ਤੇ ਕੀ ਬਾਜਾਂ ਵਾਲੇ ਨੂੰ ਮੂੰਹ ਦਿਖਾਏਗਾ ਕੀ ਨਾਨਕ ਜੀ ਨੂੰ ਮੂੰਹ ਦਿਖਾਏਗਾ ਸ਼ਰਮ ਹੋਏਗਾ ਅਰਦਾਸਾਂ ਕਰੀਏ ਮਹਾਰਾਜ ਜੀ ਹੁਣ ਜਗਾਇਆ ਹੁਣ ਸੋਵਾਂ ਨਾ ਕਾਇਮ ਹੋ ਕੇ ਜਪਾਂ ਕਿਉਂਕਿ ਜਪਣ ਦੀ ਰੁੱਤ ਆਈ ਹੈ ਅਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ ਪਾਤਸ਼ਾਹ ਕਹਿੰਦੇ ਆ ਮਨੁੱਖਾ ਦੇਈ ਫਿਰ ਤਿਰਦੇ ਨਹੀਂ ਆਣੀ ਇਹ ਰੁੱਤ ਇੱਕ ਵਾਰੀ ਆਈ ਹੈ ਮੁੜ ਪਤਾ ਨਹੀਂ ਫਿਰ 84 ਲੱਖ ਜੁਨਾਂ ਤੋਂ ਬਾਅਦ ਆਏਗੀ ਹੁਣ ਆਈ ਤੇ ਇਹਨੂੰ ਹਰਿਆ ਖਾਤੇ ਹਰਿਆ